بسم اللہ الرحمن الرحیم السلام علیکم کیا حال میرے بہن بھائیوں الحمدللہ اس ٹھیک ہیں میں تے ਤੁਸੀਂ ٹھیک ہو سو میں جننا چارہ چائے کھلیاں صبح صبح نال سارے گھر دے کام وغیرہ کرلے ہو چکے ہیں فری ویلے کیونکہ ویلے اس تو اس یاد جا رہے ہیں سلیم دی منگیتر دی عید لا کے میں ہی تیار ہو چکی ہاں بگی بھی تے میں نال پا دنیا خرگوشاں نو چارہ خرگوش جننا چارہ شوق نال کھاندے تھوڑا تھوڑا چارہ ہی پینیا بسم اللہ الرحمن الرحیم السلام علیکم کیا حال ہے میرے بہن بھائیوں الحمدللہ ٹھیک ہیں میں جے تو ٹھیک ہو سو میرے ور تو دیکھ رہے سو میں پرانے موਟਰ سائیکل نو اچھی طرح ایڈ کیتی اجی فادر ان میں صبح صبح انا میں جڑا کام کیتا این میں جی دوتا اچھی طرح صرف انال ہون تو چیک کر سو کافی ਕਮ ਕਦਾ ਗਤੀ ਤੇ ਜਿਹੜਾ ਇਹ ਦਾ ਪੀਲਾ ਹੀ ਸੋਇਆ ਖਲਾਨਾ ਟੈਂਕੀ ਵਾਲਾ ਇਹਦੇ ਉੱਤੇ ਵਧ ਰਹੀ ਜੀ ਇਹਦਾ ਕਵਰ ਜਿਹੜਾ ਟੈਂਕੀ ਖਰਾਬ ਨਹੀਂ ਹੋਣੇ ਦਾ ਉਤੋ ਇਹਦੀ ਰੰਗ ਰੰਗ ਲੱਗ ਗਈ ਔਰ ਤੁਸੀਂ ਵੇਖ ਰਸੋ ਇਹ ਚੈਨ ਕਵਰ ਗਿਆ ਥੜਾ ਛੋਜਾ ਗਾਸ ਵੇ ਗਿਆ ਔਰ ਥਰੋਟ ਵੇ ਗਿਆ ਇਹਦਾ ਭਵਿਸ਼ਾ ਨਵਾਂ ਔਰ ਤੁਸੀਂ ਵੇਖ ਰਸੋ ਸਾਡਾ ਮੋਟਰਸਾਈਕਲ ਕਾਫੀ ਪਿਆਰਾ ਲੱਗ ਰਿਹਾ ਇਹਨੂੰ ਮੈਂ ਖਲਾਰ ਦੇ ਸਾ ਫਿਰ ਛਾਵੇਂ ਛਾਵੇਂ ਤਾਂ ਖਲਾਇ ਸ਼ਰਦ ਦੇ ਖਲਾਰ ਦੇ ਸਾ ਸ਼ਰਦ ਮਾਸ਼ਾਅੱਲਾ ਕਾਫੀ ਪਿਆਰਾ ਲੱਗ ਰਿਹਾ ਔਰ ਹੋ ਚੁਕੇ ਹਾਂ ਅਸੀਂ ਫੁੱਲ ਤਿਆਰ ਅਮੀ ਤੇ ਮੈਂ ਕਿੱ데 ਜਾ ਰਹੇ ਆ ਉਹ ਤੁਹਾਡੇ ਨਾਲ 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 ਸ਼ ਤੇ ਖੁਸ਼ੀ ਵੀ ਹੈ ਕਾਫੀ ਤੇ ਅੰਮੀ ਆਪਾਂ ਜੀ ਕਿੱ데 ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਸਲੇਮ ਦੀ ਮੰਗੇਤਰ ਦੀ ਈਦ ਪਹੁੰਚਾ ਲੈਣ ਕਿਉਂਕਿ ਅਸੀਂ ਪਹਿਲੇ ਦੱਸਿਆ ਹੀ ਤੇ ਹੁਣ ਚੱਲਨੇ ਆਂ ਹਾਂਜੀ ਹੁਣ ਚੱਲਨੇ ਆ ਤੇ ਔਰ ਭਾਬੀ ਉਹਨਾਂ ਜਾ ਕੇ ਈਦ ਵੀ ਦੇਣੇ ਤੇ ਔਰ ਮਿਲਦੇ ਗਿਲਦੇ ਵੀ ਆਂ ਖਰਗੋਸ਼ਾਂ ਨੂੰ ਅੰਮੀ ਚਾਰਾ ਵਗੈਰਾ ਪਾ ਦਿੱਤਾ ਹੈ ਬਈ ਭੁੱਖੇ ਨਾ ਰਹਿਣ ਤੇ ਮੈਂ ਚਾਰਾ ਕਾਫੀ ਲੈ ਆਇਆ ਕਿਉਂਕਿ ਦਿਹਾੜੀ ਦੁਪਹਿਰੇ ਤਾਂ ਅਸੀਂ ਜੜਨਾ ਇੰਦਾ ਇਹ ਵਾਲਾ ਜੰਗਲਾ ਜਿਹੜਾ ਅਸੀਂ ਬਣਾਇਆ ਥੋੜਾ ਜਿਹਾ ਮਿਹਨਤ ਦਾ ਇਹ ਅਸੀਂ ਇਹਨੂੰ ਖੋੜ ਦੇਵਣਾ ਪਾਟ ਦੇਵਨਾ ਪਾਟ ਦੇਵਨਾ ਵੀ ਇਸ ਜੰਗਲੇ ਦਾ ਫਾਇਦਾ ਨਹੀਂ ਹੈ ਇੱਕ ਫੇਰ ਵੀ ਬਾਹਰ ਜਿਹੜਾ ਨਾ ਘੋਸ ਕੇ ਨਿਕਲ ਜਾਂਦੇ ਬਾਹਰ ਚਲੇ ਜਾਂਦੇ ਹਾਂ ਦਾ ਕੋਈ ਨਹੀਂ ਇਹਨਾਂ ਨੂੰ ਲਾ ਕੇ ਅੱਛੀ ਰੀਤ ਦੇਸ ਤਰ੍ਹਾਂ ਪਹਿਲੇ ਕੋਂਚ ਕੇ ਰੱਖੀ ਹੋਈਆਂ ਉਸ ਤਰ੍ਹਾਂ ਹੀ ਰੱਖ ਦਿਸਾਂ ਤਾਰਾ ਖਰਾਬ ਨਾ ਹੋਵੇ ਨਾ ਇਹਨਾਂ ਨੂੰ ਅੰਦਰ ਕੋਂਚ ਕੇ ਰੱਖ ਦਿਸਾਂ ਤੇ ਅੱਛੀ ਤਰੱਕੀ ਚੰਦੀ ਲਈ ਪਾਈ ਵੀ ਕਰਸਾਂ ਚੋਰੀਆ ਮੈਂ ਮੋਟਾ ਬਾਹਰ ਕਰਨਾ ਮਾਫੀ ਮਾਫੀ ਨਹੀਂ ਅੱਗੇ ਚੱਲਨੇ ਰਵਾਨਾ ਥਿੰਨੇ ਤੇ ਪਰਦਾ ਜਿਉਣਾ ਬੰਕੀ ਜਿਉਣਾ ਚਾਹੇ ਮਦਾ ਸਮਾਨ ਜਿਹੜਾ ਸੀ ਲੈ ਜਾਵਣਾ ਨਾਲ

ਤੇ ਨਾਲੇ ਮੈਂ ਆਪ ਦੇ ਚੂੜੀਆਂ ਨੇ ਵਿਖਾਈਆਂ ਨਾਲ ਮੈਂ ਆਪਣੇ ਚੂੜੀਆਂ ਫਵਾਇਆਂ ਹਨ ਇਹ ਡੇਡ ਡੇਡ ਸੈਟ ਪਵਾਇਆ ਅਮੇ 100 ਦੀਆਂ ਟੁੱਟੀਆਂ ਕਿਰਦੀਆਂ ਟੁੱਟੀਆਂ ਕਿਰਦੀਆਂ ਅਮ ਤਾਂ ਜੇ ਉਸ ਟਮ ਕਪੜੇ ধੋਵਣੇ ਹੋ ਉਸ ਟਮ ਜਲਦੀ ਤਰੋਟ ਜਾਂਦੇ ਕੰਮਗਾਰ ਦੇ ਬਹੁਤ ਜ਼ਿਆਦਾ ਹੁੰਦੇ ਨੇ ਕਪੜਿਆਂ ਦੇ ਉੱਤੇ ਬੁਰਸ਼ ਵਗੈਰਾ ਰਗੜਨੋਂਦਾ ਨਾ ਛੋਟਾ ਮਾਰਨੋਂਦਾ ਉਸ ਟਮ ਪੱਕੇ ਖਾੜਦੇ ਤੇ ਲੱਗਣ ਬਾਹੀਂ ਤਤ ਰੋਟ ਜਾਂਦੀ ਕੱਲ ਤਾਂ ਵੀ ਪੰਜੀ ਤਾਂ ਦੁਕਾਨ ਵਾਲਿਆਂ ਦੀਆਂ ਤਰੋੜ ਆਏ ਆ ਵੀ ਤੇ ਔਰ ਹੁਣ ਅਸੀਂ ਚਲੀਏ ਚਲੋ ਹਾਂਜੀ ਤੇ ਕਾਫੀ ਸਫਰ ਹੈ ਅੱਜ ਦੀ ਦਿਹਾੜੀ ਜੇ ਅਸੀਂ ਵਾਪਸੀ ਹਟਣਾ ਵੀ ਔਰ ਜਾਵਣਾ ਵੀ ਚਲੀਏ ਮੈਂ ਚਲੋ ਅੱਗਰ ਅਸੀਂ ਪਹੁੰਚ ਚੁੱਕੇ ਹਾਂ ਜੀ ਬੇੜੀ ਤੇ ਬੇੜੀ ਗਈ ਵਧੀ ਜੀ ਪਹਿਲੇ ਵਾਰ ਤੇ ਔਰ ਅਮੇ ਔਰ ਇਹ ਚੜ ਚੁੱਕੇ ਨੇ ਬੇੜੀ ਤੇ ਤੇ ਮੈਂ ਵੀ ਬੇੜੀ ਦੇ ਉੱਤੇ ਚੜ ਚੁੱਕਾ ਜਿਹੜੀ ਖਲੀ ਹੈ ਜੀ ਅੱਜ ਤਾਂ ਚਲਦੀ ਕੋਈ ਨਹੀਂ ਖਲੀ ਵੇਲੇ ਖਲੀ ਹੈ ਜੀ ਤੇ ਅਮੇ ਤੇ ਮੈਂ ਗੱਲ ਚੁੱਕੇ ਆਂ ਬੇੜੀ ਅਸੀਂ ਜੜਨਾ ਪਹੁੰਚ ਆਇਆ ਦਰਿਆ ਤੇ ਬੇੜੀ ਤੇ ਬੇੜੀ ਜੜਨਾ ਇਹ ਬੇੜੀ ਤਾਂ ਨਹੀਂ ਪਾਰ ਜਾਵਣੀ ਕਿਉਂਕਿ ਦੂਸਰੀ ਬੇੜੀ ਪਾਰ ਗਈ ਹੋਈ ਉਹ ਵੀ ਆ ਰਹੀ ਹੈ ਅਸੀਂ ਚਲਨੇ ਆ ਹੁਣ ਅਗਾ ਪਾਰ ਦਾ ਸਫਰ ਕਰਨੇ ਆ ਤੇ ਨਾਲੇ ਬੇੜੀ ਨੂੰ ਲੱਗੋਆ ਝੰਡਾ ਕਾਫੀ ਪਿਆਰਾ ਲੱਗ ਰਿਹਾ ਬੇੜੀ ਤੇ ਉਤਲੇ ਸਾਰਾ ਲੂ ਮੈਂ ਚੈੱਕ ਕਰੋ ਹਰੀਆਂ ਬਰੀਆਂ ਝਾੜੀਆਂ ਹੋ ਚੁੱਕੀਆਂ ਕਾਫੀ ਜੜਨਾ ਇਧਰੀ ਸਾਈਡ ਵੱਲੂ ਹਰੀਆਂ ਹਰੀਆਂ ਸਬਜ਼ਾਈ ਸਬਜ਼ਾ ਹੈ ਝਾੜੀਆਂ ਦਾ ਕਿਉਂਕਿ ਗਰਮੀ ਜਦੋਂ ਸਿਆਲਾ ਹੁੰਦਾ ਨਾ ਉਸ ਟਾਈਮ ਝਾੜੀ ਪੱਤੇ ਸੱਟ ਜਾਂਦੀ ਜਿਸ ਟਾਈਮ ਗਰਮੀ ਆਉਂਦੀ ਕਾਫੀ ਝਾੜੀਆਂ ਫੁੱਟ ਜਾਂਦੀਆਂ ਤੀਜਲੇ ਸਾਲ ਲੈ ਜਨਵਰੀ ਵਧਣ ਔਰ ਬੇੜੀ ਵੀ ਵਧੀ ਏ ਬੇੜੀ ਉਦੇ ਫਰਲੀ ਵੈਲ ਤੇ ਖਲੀ ਏ ਇਹ ਖਲੀ ਏ ਜੀ ਦੂਸਰੀ ਬੇੜੀ ਤੇ ਔਰ ਜਿਹੜੀ ਬੇੜੀ ਇਦਲੀ ਸਾਲ ਲਈ ਏ ਉਹ ਆ ਰਹੀ ਏ ਚਲੀ ਆਪਾਂ ਹਾਂ ਜੀ ਆਪਾਂ ਚਲੀਏ ਤੇ ਮੋਟਰਸਾਈਕਲ ਸਾਡਾ ਖਲਾ ਜੀ ਇਦੇ ਤੇ ਪੀਟਰ ਬੇੜੀ ਤੇ ਲੱਗੋ ਹੈ ਜਿਹੜੀ ਪੀਟਰ ਜਲਦੀ ਬੇੜੀ ਨੂੰ ਔਰ ਇਦਲੇ ਵਾਰ ਹੀ ਲੈ ਆਂਦੀ ਔਰ ਓਲੇ ਵਾਰ ਵੀ ਲੈ ਆਂਦੀ ਜਿਸ ਵਾਰ ਅਸੀਂ ਖਲਿਆ ਇਸ ਵਾਰ ਬੇੜੀ ਆ ਰਹੀ ਤੇ ਅਸੀਂ ਚੱਲਨੇ ਅੱਗਾ ਤੇ ਅੰਮੀ ਹੋਰੀ ਜਲਦੀ ਜਲਦੀ ਦਰਾਕ ਮਾਰ ਕੇ ਲੈ ਗਏ ਤੇ ਮੈਂ ਚੱਲਣਾ ਗਰਨਾ ਨਹੀਂ ਡੰਦਾ ਤੇ بیڑی ਤੋਂ ਅਸੀਂ ਦੂਰ ਵੀ ਖਾਦੇ ਨੇ کافی ਮਾਸ਼ਾਅੱਲਾ ਬੜੀ بیੜੀ ਹਨਾ ਮੈਂ کافی ਵੱਡੀ ਹੈ بیੜੀ ਹਾਂ ਤੇ ਪਾਣੀ ਜਿਹੜਾ ਮਾਸ਼ਾਅੱਲਾ کافی ਆਇਆ ਹੋਇਆ ਔਰ ਕਵੇ ਪੀ ਰਹੇ ਆਂ ਜੀ ਪਾਣੀ ਤੇ ਇਹ ਤਾਂ ਅਲਮਦੁਲਿਲਾ ਜੜਨਾ ਅਸੀਂ ਬੇੜੀ ਕਰਾਸਕਾਰ ਕੇ ਪਹੁੰਚ ਆਇਆ ਰਸ ਦੇ ਦੇ ਸਾਡੇ ਸੱਕਿਆਂ ਪੈ ਅਸੀਂ ਆਖਿਆ ਉਹਨਾਂ ਨੂੰ ਮਿਲ ਹੀ ਜਾਵਿਏ ਕਿਉਂਕਿ ਉਹ ਤਾਂ ਗਏ ਹੁਣ ਗੰਧਮ ਦੀ ਕਟਾਈ ਕਰਨ ਗੰਧਮ ਅਸਵਾੜ ਜੀ ਨਾਲ ਸਾਰੀ ਪਾ ਸਸ ਗੰਧਮ ਜਿਹੜੀ ਨਾ ਕਾਫੀ ਪੱਕ ਚੁੱਕੀ ਐ ਇਸ ਦੀ ਗੱਲੋਂ ਮੈਂ ਆਖਿਆ ਨਾਲ ਵੀ ਰਸਤੇ ਦੇ ਉਹਨਾਂ ਦਾ ਘਰ ਆਇਆ ਅਸੀਂ ਆਖਿਆ ਮਿਲ ਹੀ ਜਾਣੇ ਉਹ ਨਹੀਂ ਹਨ ਤੇ ਹੁਣ ਅਸੀਂ ਚੱਲਨੇ ਆਂ ਵਾਪਸੀ ਨਾਲ ਉਹਨਾਂ ਲਾਇ ਹੋਇਆ ਪੀਟਰ ਮਸ਼ੀਨ ਤੇ ਪੱਠੇ ਟੁੱਕਣ ਵਾਸਤੇ ਤੇ ਇੱਕ ਉਹਨਾਂ ਦਾ ਬੰਦਾ ਘਰ ਵਾਦਾ ਜਿਹੜਾ जानवरों ਨੂੰ ਪਾਣੀ ਪਿਲਾ ਰਿਆ ਤੇ ਇਧਰਲੀ ਸਾਈਡ ਲੈ ਬਣੀ ਹੋਈ ਹੈ ਕਿਚਨ ਕਾਫੀ ਪਿਆਰੀ ਲੱਗਦੀ ਪਈ ਹੈ ਇਹ ਦੁੱਧ ਦੁੱਧ ਜੜਨਾ ਉੱਤੇ ਖਲਾ ਨਾਲੇ ਲੋਹ ਵਾਲਾ ਚੁੱਲਾ ਕਾਫੀ ਚਫੇਰੂ ਦੀਵਾਰ ਬਣਾਈ ਹੋਈ ਨੇ ਜੋ ਇੱਥੇ ਕਾਫੀ ਹਵਾ ਲੱਗਦੇ ਨਾਲ ਇਸ ਦੀ ਵਜ੍ਹਾ ਤੋਂ ਹਾਂਜੀ ਖੁੱਲਾ ਮਾਹੌਲ ਹੈ ਖੁੱਲਾ ਮਾਹੌਲ ਹੈ ਨਾ ਤਾਂ ਦੀਵਾਰਾਂ ਚ ਫੇਰ ਬਣਾਈ ਹੋਈ ਨੇ ਇੱਡੀ ਸਾਈਡ ਲ ਖਲਣ ਜੀ ਕੁਆਟਰ 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 ਖਲਣ ਨਾਲ ਜੜੀ ਨਾ ਸਰ ਸਰ ਆਵਾੜ ਕੇ ਸੱਟੇ ਨੇ ਸਾਰੇ ਵੇੜ ਦੇ ਵਿੱਚ ਛੋਕੜਾ ਹੀ ਹੈ ਨਾਲ ਹਾਂਜੀ ਕੋਟ ਵੀ ਰਹਿਣ ਸਰਸੋਂ ਸਰਸੋਂ ਪੱਕ ਚੁੱਕੇ ਹਨ ਨਾਲ ਬੜੋਲਾ ਵੀ ਰੱਖਿਓ ਨਾ ਦਾਣੇ ਵਾਲਾ ਮਾਸ਼ਾਅੱਲਾ ਕਾਫੀ ਜਿਹੜਾ ਨਾ ਕੁਆਟਰ ਅੱਛੇ ਬਣਾਇਓ ਨੇ ਚੈੱਕ ਕਰੋ ਅੰਦਰ ਵਾੜ ਕੇ ਠੰਡੀ ਠੰਡੀ ਜਗ੍ਹਾ ਠੰਡੀ ਠੰਡੀ ਜਗ੍ਹਾ ਨਾਲ ਜਿਹੜਾ ਨਾ ਚਾਰ ਪਾਈ ਵੀ ਪਾਈ ਪੀ ਇਦਲੀ ਸੜਲੇ ਕੂਲਰ ਪੱਕਾ ਰੱਖਿਓ ਨੇ ਇਹ ਹੈ ਬਿਜਲੀ ਤਾਂ ਨਹੀਂ ਹੈ ਕਿਉਂਕਿ ਇਸ ਪਲੇਟ ਤੇ ਚੱਲਦੇ ਨਾ ਸੋਲਰ ਤੇ ਕਾਫੀ ਜਿਹੜਾ ਪਿਆਰੇ ਪਿਆਰੇ ਜਿਸ ਤਰ੍ਹਾਂ ਅਸੀਂ ਜੂਪੜੀਆਂ ਬਣਾ ਕੇ ਲਿਪਾਈ ਕਰ ਲੈਂਦੇ ਅਸੀਂ ਨਾ ਇਸੇ ਤਰ੍ਹਾਂ ਵੀ ਇਹ ਵੀ ਲਿਪਾਈ ਹੋਈ ਹੋਈਆਂ ਤੇ ਹੁਣ ਚੱਲਣਾ ਅਗਾ ਵਾ ਦਾ ਸਫਰ ਕਰੇ ਨੇ ਆ ਕਾਫੀ ਸਾਡਾ ਸਫਰ ਹੈ ਨਵੇਂ ਕੁਆਟਰ ਇਹ ਦੋ ਨਵੇਂ ਕੁਆਟਰ ਹੈ ਹਾਂਜੀ ਇਸ ਇਹਨਾਂ ਨੂੰ ਲੱਗਿਆ ਉਹ ਨਾ ਦਰਵਾਜ਼ੇ ਹਾਂਜੀ ਛੋਟੇ ਛੋਟੇ ਦਰਵਾਜ਼ੇ ਦੇ ਕੇ ਚਲਾ ਗਿਆ ਆਪਣੀ ਗੰਦਾ ਮਲੇ ਤੇ ਇਹ ਦੋ ਕੁਆਟਰ ਇਹਨ ਤਿੰਨ ਜਿਹੜਾ ਛਾਂ ਵਾਸਤੇ ਔਰ ਦੂਸਰੇ ਨੰਦੇ ਜਿਹੜੇ ਕਮਰੇ ਇਹ ਅੱਗ ਵਾਸਤੇ ਹਾਂਜੀ ਤੇ ਹੁਣ ਚਲੀ ਜਮੇ ਚਲੀ ਤੇ ਹੁਣ ਅਸੀਂ ਚੱਲਨੇ ਆ ਜੀ ਵਾਸੀ ਗਾਟ ਤੇ ਨਾਲ ਤੁਹਾਨੂੰ ਅਸੀਂ ਸ਼ੇਅਰ ਕਰਦੇ ਨੇ ਜਿਹੜੇ ਛੋਟੇ ਛੋਟੇ ਘਰ ਲੈਣ ਇਹ ਖਲੀਜੀ ਗਾਂ ਐ ਦੁੱਧ ਵਾਲੀ ਕਿਉਂਕਿ ਗਾਂ ਇਹਦੀ ਨਾ ਹੁਣ ਸੋਈਏ ਪਹਿਲੇ ਸਾਈਡ ਤੇ ਖਲੰਕੀ ਬੱਕਰੇ ਦੋ ਤੇ ਇਧਲੇ ਸਾਈਡ ਤੇ ਖਲਾਜੀ ਬਿੱਕੂ ਜੀਆ ਵਛੜਾ ਕਾਫੀ ਪਿਆਰਾ ਲੱਗ ਰਿਹਾ ਇਧਲੇ ਸਾਈਡ ਤੇ ਖਲਾਜੀ ਬੱਕਰਾ ਬੜਾ ਇਹ ਬਕਰੀਦ ਵਾਸਤੇ ਸਾੰਬੇ ਹੋਏ ਨੇ ਨਾ ਹਾਂਜੀ ਤੇ ਨਾਲ ਹੀ ਬਾਂਗਾ ਦੇ ਰਿਹਾ ਜੀ ਕੁੱਕਰ ਆਂਦਣ ਜੀ ਕਾਫੀ ਜਣਾ ਸੀ ਸਫਰ ਕੀਤਾ ਸਫਰ ਕਰਨ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਫੁੱਫੌਰ ਦੇ ਘਰ ਤੋਂ ਵੇਖ ਰਸੋ ਇਧਰੀ ਸਾਈਡ ਤੇ ਖਲਈਏ ਰੇੜੀ ਚਾਰੇ ਵਾਲੀ ਜਿਹੜਾ ਜਾਨਵਰਾਂ ਨੂੰ ਜਿਸ ਤੇ ਚਾਰਾ ਲਾਇੰਦੈ ਤੇ ਇਧਰੀ ਸਾਈਡ ਤੇ ਖਲੇ ਜੀ ਅਨਾਰ ਅਨਾਰ ਤੁਸੀਂ ਵੇਖ ਰਸੋ ਕਾਫੀ ਫੁੱਲ ਚਾਈ ਖਲਿਆ ਅਨਾਰ ਲਵੰਡੇ ਚਕਰਾਂ ਚ ਔਰ ਚਲਨੇ ਅੰਦਰ ਅਮੀ ਕੁਲ ਅਮੀ ਅੰਦਰ ਬੈਠੀ ਐ ਤੇ ਔਰ ਤੁਹਾਨੂੰ ਸ਼ੇਅਰ ਕਰੀ ਨੇ ਤੇ ਮੇਰੀ ਵਾਰ ਤੁਸੇ ਵੇਖ ਰਸੋ ਇਹ ਪੈਨ ਜੀ ਫੁੱਲ ਛੋਟੇ ਛੋਟੇ ਕੱਪਾਂ ਦੇ ਵਿੱਚ ਔਰ ਕਾਫੀ ਇਹਦੇ ਗਮਲੇ ਛੋਟੇ ਛੋਟੇ ਬਣੇ ਹੋਣੇ ਇੱਧੇ ਚੈੱਕ ਕਰੋ ਇਹ ਫੁੱਲ ਲੈਣੇ ਔਰ ਪਿਆਰੇ ਪਿਆਰੇ ਇਧਲੀ ਸਾਈਡ ਤੇ ਖਲੀ ਜੀ ਕੁਵਾਰ ਉਤੋਂ ਬੜੀ ਜੀ ਖਲੀ ਤੇ ਹੁਣ ਚੱਲਨੇ ਅੰਦਰ ਅੰਮੀ ਔਰ ਕੋਲ ਤੇ ਅੰਮੀ ਹੋਰੀ ਬੈਠਣ ਅੰਦਰ ਇਹ ਤਾਂ ਅਲਹਮਦੁਲਿਲਾ ਜੜਨਾ ਅਸੀਂ ਪਹੁੰਚ ਆਇਆ ਸਲੇਮ ਦੇ ਸਾਵਰਿਆਂ ਦੇ ਘਰ ਕਿਉਂਕਿ ਕਾਫੀ ਸਫਰ ਕੀਤਾ ਹੈ ਘਰ ਮਾਸ਼ਾਅੱਲਾ ਛੋਟਾ ਜਿਹਾ ਹੈ ਇੱਕ ਵਈ ਕਮਰਾ ਹੈ ਜਿਹੜਾ ਬੱਤਨ ਵਗੈਰੇ ਦੇ ਬੰਦ ਨੇ ਇਸ ਦੀ ਵਜ੍ਹਾ ਤੋਂ ਪੰਖਾ ਵਗੈਰਾ ਲੱਗ ਹੋਇਆ ਪੰਖਾ ਵਗੈਰਾ ਲੱਗ ਹੋਇਆ ਤੇ ਛੋਰ ਸ਼ਰਾਬਾ ਨਹੀਂ ਹੈ ਕਿਉਂਕਿ ਬੱਚੀਆਂ ਜਿਹੜੀਆਂ ਬਾਹਰ ਖੇਡਦੀਆਂ ਵਾਦੀਆਂ ਬਾਹਰ ਚਲੀਆਂ ਕੇ ਕੰਮ ਦੰਦਾ ਕਰੈਂਦੀਆਂ ਵਾਦੀਆਂ ਤੇ ਇਸ ਦੀ ਵਜ੍ਹਾ ਤੋਂ ਅਸੀਂ ਜਿਹੜਾ ਬਗਿਆ ਕਿਛ ਲਾਈ ਨੇ ਇਹ ਮਠਿਆਈ ਲੈਈਏ ਹੋਰ ਤਾਂ ਸਾਰੀ ਛੋ ਪਹੰਗਾ ਸਿ ਵੀ ਖਾਈ ਆਈ ਤੇ ਖੁਲਿਆ ਨਾ ਪਏ ਤੇ ਇਹ ਅਸੀਂ ਲਾਈਏ ਰਾਤ ਵਿੱਚੋਂ ਮਠਿਆਈ ਰਾਤ ਵਿੱਚ ਤਾਂ ਅਸੀਂ ਨਹੀਂ ਵੀ ਖਾਈ ਤੇ ਇੱਥੇ ਅਸੀਂ ਵੀ ਖਾ ਲੈਨੇ ਆ ਵਾਕੀ ਖੋਲ ਤੇ ਨਹੀਂ ਵੀ ਖਾਇਨੇ ਹਾਂ ਹਾਂਜੀ ਰੋਜ਼ ਇਹਨਾ ਇਸ ਦੀ ਵਜ੍ਹਾ ਤੋਂ ਬਾਅਦ ਵੀ ਖਾਈ ਸੰ ਸ਼ਾਮ ਨੂੰ ਇਫਤਾਰ ਇਹ ਲੈ ਅਸੀਂ ਤਾਂ ਵਾਗ ਜਾਉਣਾ ਟਾਈਮ ਨਾਲ ਘਰ ਟਾਈਮ ਨਾਲ ਵਾਪਸੀ ਘਰ ਟਣਨਾ ਕਾਫੀ ਸਫਰ ਸੇ ਕੀਤਾ ਔਰ ਸਾਹ ਸੁ ਕੱਢਿਆ ਤੇ ਅਸੀਂ ਆਪਣੇ ਪਿਆਰੀ ਵੀਰਨ ਸ਼ੇਅਰ ਕਰ ਲੈਣੀ ਅੱਜ ਇਸ ਪੈਨ ਸਾਰੇ ਬਰਤਨ ਵਗੈਰਾ ਇਧੇ ਲਈ ਸਾਈਡ ਤੇ ਪੈਨ ਜੀ ਕੋਲਰ ਤੇ ਤੇ ਇਧੇ ਲਈ ਸਾਈਡ ਲੇ ਤੋਂ ਵੇਖ ਰਿਹਾ ਸੋ ਫੁੱਲਾਂ ਤੇ ਸਟੇਕ ਕਰ ਲੱਗੀ ਜੀ ਸਾਰੇ ਕੋ ਸੂਰਤ ਕਾਫੀ ਜਣਾ ਸੀ ਰੈਸਟ ਕੀਤੀ ਇੱਕ ਗਰਮੀ ਬਹੁਤ ਜ਼ਿਆਦਾ ਆਇ ਤੇ ਹੁਣ ਅਸੀਂ ਜਾ ਰਿਆਂ ਹੈ ਘਰ ਕਾਫੀ ਸਫਰ ਹੈ ਸਫਰੀ ਕਰਸਾ ਨਾ ਲਾਦੇ ਬੈਣਾ ਵੀ ਰਵਨ ਸ਼ੇਅਰ ਕਰਸਾ ਤੇ ਚਲਿਏ ਹੁਣ ਅਸੀਂ ਜਾ ਰਿਆਂ ਜੀ ਵਾਪਸੀ ਕਾਫੀ ਜਣਾ ਸਫਰ ਹੈ ਔਰ ਤਿੰਨ ਚਾਰ ਘੰਟੇ ਸੀ ਜਣਾ ਰੈਸਟ ਕੀਤੀ ਹੁਣ ਅਸੀਂ ਜਾ ਰਿਆਂ ਵਾਪਸੀ ਘਰ ਔਰ ਉਹਨਾਂ ਗਿਫਟੇ ਸੰਮੀ ਔਰ ਨੂੰ ਕੀ ਦਿੱਤਾ ਹੈ ਮਰਚਾ 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 ਵੀ ਹੈ ਨਾਲ ਮਟਰ ਵੀ ਹੈ ਨਾ ਮਟਰ ਮਨ ਮਟਰ ਨੂੰ ਖਾ ਲੈਣ ਮੋਟਰਸਾਈਕਲ ਕੋਲ ਤੇ ਮਰਚਾ ਜਣੀ ਮੈਂ ਨੇ ਜਾਣਿਆ ਕਿ ਇੱਥੇ ਮਰਚਾਂ ਬਹੁਤ ਜ਼ਿਆਦੀਆਂ ਬੀਜੀਆਂ ਹੀ ਆਉਂਦੀਆਂ ਤੇ ਆਪ ਚੁਗਣ ਜਾਂਦੀਆਂ ਤੇ ਨਾਲ ਲੈ ਵੀ ਅਮਦੇਣ ਘਰ ਵਾਸਤੇ ਤੇ ਮੈਨ ਵੀ ਦਿੱਤੀ ਐ ਨਵੇਂ ਤੁਸੀਂ ਵੀ ਲਈ ਜਾਓ ਚਲੋ ਦੋ ਤਿੰਨ ਦਿਨ ਛਾਲਾਂ ਨੇ ਪਾ ਲਵਾਂ ਤੇ ਇਹ ਖਲੈਂਚੀ ਨਾਂ ਦੇ ਜਾਨਵਰ ਤਿਜਲੀ ਸਾਈਡ ਤੇ 3-4 ਜਨਵਾਰ ਨੇ ਤੇ ਨਾਲ ਵਜਾ ਦੇ ਨਾਂ ਦਾ ਛੋਟੇ ਜੇ ਬੱਚੇ ਵਦਨ ਹਮਸਾਇਆ ਦੇ ਆਏ ਵਦਨ ਤੇ ਤੁਸੀਂ ਚੈੱਕ ਕਰੋ ਸਾਰੇ ਜਾਨਵਰ ਹਨ ਤੇ ਔਰ ਸ਼ੋਰ ਕਾਫੀ ਮਲੂਮ ਔਰ ਇਹ ਸੇ ਬੱਚੇ ਵਗੈਰਾ ਹਨ ਨਾ ਇਸ ਦੀ ਵਜ੍ਹਾ ਅਸੀਂ ਜਨਾ ਕਾਫੀ ਸਫਰ ਕਰਕੇ ਆਇਦ ਦੇ ਕੇ ਅਸੀਂ ਪਹੁੰਚ ਆਇਆ ਨਾਲ ਵੀ ਬੀਜੀ ਹੋਈਆਂ ਹਰੀਆਂ ਹਰੀਆਂ ਮਿਰਚਾਂ ਸਬਜ਼ ਕਾਫੀ ਪਿਆਰੀਆਂ ਲੱਗ ਰੇ ਕਾਫੀ ਵੀ ਨਾਲ ਰੋਡ ਦੇ ਗੱਡੀ ਹੋਈ ਜਨਾ ਸੀ ਆਖਿਆ ਆਪਦੇ ਭੈਣਾ ਬਰਾਵਾਂ ਨਾਲ ਇਹ ਵੀ ਸ਼ੇਅਰ ਕਰਦੇ ਵੀ ਹੈ ਨਵੀਂ ਸਬਜ਼ੀ ਨਵੇਂ ਸਾਲ ਵਿੱਚ ਆ ਗਈ ਕਾਸ਼ਤ ਹੋਈਏ ਕਾਸ਼ਤ ਹੋਈਏ ਨਾਲ ਵੀ ਤੁਰੜਾਈ ਵੀ ਹੋਈਆਂ ਭਈਆਂ ਜਿਨ੍ਹਾਂ ਨੇ ਇਹ ਮਹਰਾਜ ਹੋਰੇ ਜਿਹੜੀ ਨਾਲ ਪਟਾਈ ਹੋਈ ਪਈ ਉਹ ਮਹਰਾਜ ਹੋਰੇ ਤੇ ਨਾਲ ਵੀ ਚੁਣਾਈ ਹੋਈਆਂ ਭਈਆਂ ਮਿਰਚਾਂ ਇਹ ਵਾਲੀਆਂ ਹਨ ਸ਼ਿਮਲਾ ਮਹਰਾਜ ਸ਼ਿਮਲਾ ਮਹਾਰਾਜ ਮਾਸ਼ਾਅੱਲਾ ਕਾਫੀ ਪਿਆਰੀ ਪਿਆਰੀ ਹੈ ਗਟੂਆਂ ਦੇ ਵਿੱਚ ਪੈ ਕੋਈ ਵੀ ਗੱਥੀਆਂ ਦੇ ਵਿੱਚ ਗੱਤਿਆਂ ਚ ਪੈ ਕੋਈ ਪਈਆਂ ਦੇ ਵਿੱਚ ਵੀ ਨਾਲ ਇਹ ਜਾਸੀ ਮੰਡੀ ਤੇ ਤੇ ਇਦਲੀ ਸੜਲੇ ਕਰੇਲੇ ਵੀ ਬੀਜਿਓ ਤੇ ਔਰ ਸ਼ਿਮਲਾ ਮਹਾਰਾਜ ਸਾਰੀ ਸ਼ਿਮਲਾ ਮਹਾਰਾਜ ਜਿੱਦਲੀ ਸੜ ਤੇ ਖਲੀ ਜਿਹੜੀ ਬਾਸ ਲੱਗੇ ਹੋ ਤੇ ਬਾਸਾਲੇ ਉੱਤੇ ਚੜ ਰਣ ਖਲੇ ਕਰੇਲੇ ਕਾਫੀ ਪਿਆਰੇ ਲੱਗ ਰਣ ਸਬਜੀ ਮਾਸ਼ਾਅੱਲਾ ਬਹੁਤ ਅੱਛੀ ਹੈ ਅੱਲਾ ਇਹਨਾਂ ਦੇ ਨਸੀਬ ਕਰੇ ਜਿੰਨਾ ਬੀਜੇ ਖਰਚੇ ਵੀ ਬਹੁਤ ਜ਼ਿਆਦਾ ਹੁੰਦੇ ਨੇ ਤੇ ਅਸੀਂ ਕਿਹੜੇ ਦਰਖਤ ਦੇ ਹੀਟ ਖਲਿਆ ਅਸੀਂ ਆਂਬ ਦੇ ਹੀਟ ਖਲਿਆ ਹਾਂਜੀ ਇਹ ਆਂਬ ਦਾ ਦਰਖਤ ਤੇ ਅਸੀਂ ਆ ਕੇ ਹੀਟ ਸਾ ਵੀ ਕਰ ਲੈਨੇ ਔਰ ਕਾਫੀ ਸਫਰ ਕੀਤਾ ਨਾ ਆਵਨ ਜਾਵਨ ਦੇ ਵਿੱਚ ਬੰਦਾ ਕਾਫੀ ਥੱਕ ਜਾਂਦਾ ਔਰ ਤੁਸੀਂ ਚੈੱਕ ਕਰੋ ਇਹ ਖਾਲੇ ਦੇ ਖਲਾਜੀ ਪਾਣੀ ਤੇ ਇਹ ਤੁਸੀਂ ਚੈੱਕ ਕਰੋ ਮੈਂ ਸਮਝਾ ਬਾਂਸ ਤੇ ਇਹ ਖਲਾਇ ਅਮੀ ਲੋਵਾ ਤੇ ਇਦਲੀ ਸਾਈਡ ਖੜਨ ਜੀ ਸਾਰੇ ਟਮਾਟਰ ਟਮਾਟਰ ਅਜੇ ਪੱਕੇ ਕੇ ਨਹੀਂ ਹੋਣੇ ਤੇ ਇੰਜ ਵੈਸੇ ਮੈਂ ਤੁਹਾਨੂੰ ਵਿਖਾ ਦਿਨਾ ਤੇ ਮੈਨੂੰ ਲੱਗਦਾ ਚੁਗਾਈ ਹੁੰਦੇ ਵੇਦਣਾ ਮੈਂ ਟਮਾਟਰ ਨਹੀਂ ਚੁਗਾਈ ਹੁੰਦੇ ਵੇਦਣਾ ਨਹੀਂ ਦੂਸਰੇ ਸਿੰਬਲਾ ਮਾਰ ਚੁਗਾਈ ਹੋ ਰਹੀ ਹੈ ਹਾਂ ਜੀ ਚੋਣੀਆਂ ਚੁੰਨਦੀਆਂ ਨਾ ਇੱਥੇ ਮਿਹਨਤ ਹਾਂ ਜੀ ਕਾਫੀ ਲੋਕ ਚੋਗ ਦਿਨ ਦਿਨ ਮਿਹਨਤ ਲਾ ਲੈਂਦੇ ਥੈਲੇ ਦਾ ਹਿਸਾਬ ਹੁੰਦਾ 300 ਹਾਂ ਜੀ ਮਹਾਰਾਜ ਦਾ ਤੇ ਇਦਲੀ ਸਾਈਡ ਤੇ ਖਲਾ ਜੀ ਨਿੰਬੂ ਦਾ ਬੂਟਾ ਤੇ ਹੁਣ ਅਸੀਂ ਚੱਲਦੇ ਆਂ ਜੀ ਅੱਗਾ ਨਿੰਬੂ ਦਾ ਬੂਟਾ ਤਾਂ ਵੀ ਖਾ ਦਿੱਤਾ ਨਾਲ ਗਿਆ ਕਦੂ ਹੀ ਗੜੇ ਹੋ ਜਾਣ ਹਾਂਜੀ ਜਿਹੜੇ ਅਸੀਂ ਵੀ ਜਿੰਦੇ ਆਸੇ ਇਹ ਸਾਰਾ ਗਿਆ ਕਦੂ ਖਲਾਇਨੇ ਛੋਟੇ ਛੋਟੇ ਪਿਆਰੇ ਪਿਆਰੇ ਛੋਟੇ ਛੋਟੇ ਵੀ ਲੱਗਦਾ ਕਦੂ ਵੀ ਲੱਗ ਗਿਆ ਪਹਿਣ ਲੱਗੇ ਪਹਿਣ ਤੁਹਾਨੂੰ ਮੈਂ ਅੱਗੇ ਚਾਲ ਕੇ ਵਿਖਾਈਨਾ ਇਹ ਪਹਿਣ ਜੀ ਛੋਟੇ ਛੋਟੇ ਕਦੂ ਲੱਗੇ ਚੈੱਕ ਕਰੋ ਪਿਆਰੇ ਪਿਆਰੇ ਚਿਟਕੇ ਲੱਗੇ ਪਹਿਣ ਕਾਫੀ ਸਫਰ ਕਰਨ ਤੋਂ ਬਾਅਦ ਅਸੀਂ ਪਹੁੰਚ ਆਏ ਆਂ ਬੇੜੀ ਤੇ ਕਾਫੀ ਸਫਰ ਆਇਆ ਕਿਉਂਕਿ ਸ਼ਾਮ ਹੋ ਗਈ ਹੈ ਸ਼ਾਮ ਦੀਆਂ ਅਜ਼ਾਨਾਂ ਵੀ ਆ ਗਈਆਂ ਤੇ ਨਾਲ ਜਿਹੜਾ ਨਾ ਬੇੜੀ ਉਹ ਚਲੀ ਗਈ ਹੈ ਪਾਰ ਥੋੜੇ ਜਿਹਾ ਸੀ ਦੂਰ ਹੱਸੇ ਤੇ ਬੇੜੀ ਚਲੀ ਗਈ ਹੈ ਕਾਫੀ ਪਾਰ ਅਸਵਾਰੀਆਂ ਲਾ ਰਹੀਆਂ ਹਵਾਈ ਨਾਲ ਕਾਫੀ ਘੁੱਲੀ ਹੋਈ ਹੈ ਠੰਡੀ ਠੰਡੀ ਚੱਲ ਰਹੀ ਹੈ ਹਵਾ ਕਾਫੀ ਮੌਸਮ ਬਹੁਤ ਜ਼ਿਆਦਾ ਪਿਆਰਾ ਹੈ ਅੱਛਾ ਖੁੱਲਾ ਮਾਹੌਲ ਹੈ ਨਾਲ ਵੀ ਹੈ ਦਰਿਆ ਕਾਫੀ ਪਾਣੀ ਬੱਗੀ ਆ ਗਿਆ

ਹਾਓ ਨੀ ਮੈਨੂੰ ਲੱਗਦਾ ਅੱਜ ਜਿਹੜੀ ਹਵਾ ਗੋਲ ਰਹੀ ਹੈ ਨਾ ਇਧਲੀ ਸਾਈਡਲੇ ਮਿਲ ਲੱਗਦਾ ਅੱਜ ਬਾਰਿਸ਼ ਆਉਸੀ ਤੇ ਸੂਰਜ ਹੋ ਚੁੱਕਾ ਹੈ ਬਿਲਕੁਲ ਕਰੋ ਉੱਤੇ ਪਾਣੀ ਅਮੀ ਜਸਟਾ ਮਾਂ ਪਗਾਇਆ ਸੀ ਥੋੜਾ ਜਿਹਾ ਪਾਣੀ ਆਈ ਹਾਂ ਹੁਣ ਪਾਣੀ ਜ਼ਿਆਦਾ ਆ ਗਿਆ ਹਾਂਜੀ ਵਧ ਗਿਆ ਤੇ ਬਾਰਿਸ਼ ਨਾ ਹੋਵੇ ਕਿਉਂਕਿ ਇਧਲੀ ਸਾਈਡਲੇ ਸਾਡੀ ਸਾਈਡਲੇ ਕਾਫੀ ਕਣਕਾਂ ਸਾਵੀ ਖਲੀਆਂ ਹਾਂਜੀ ਇਧਲੀ ਸਾਈਡਲੇ ਕਾਫੀ ਰਕਬੇ ਕੱਚਣ ਨਾ ਰਹਿਤਾ ਤੇ ਕਾਫੀ ਕਣਕਾਂ ਜਣ ਨਾ ਪੱਕ ਚੁਕੀਆਂ ਹਾਂ ਹਾਂਜੀ ਇੱਦੇ ਗੰਧਮ ਦੀ ਕਟਾਈ ਹੁੰਦੀ ਰਹੀ ਹੈ ਕਿਉਂਕਿ ਜਾਂਦੇ ਵੇਲੇ ਅਸੀਂ ਰਸਤੇ ਦੇ ਵਿੱਚ ਆਪਣੇ ਸੱਕੇ ਵਿਖਾ ਜਾਣ ਇਨਾਂ ਦੀਆਂ ਮਿੱਟੀ ਦੀਆਂ ਜੂਬੜੀਆਂ ਤੇ ਉਹ ਆਪ ਘਰ ਨਹੀਂ ਆਣ ਕਿਉਂਕਿ ਉਹ ਗੰਦਮ ਦੀ ਕਟਾਈ ਕਰਨ ਗਏ ਹੋયા ਹਾਂ ਹਾਂਜੀ ਤੇ ਇਸ ਦੀ ਵਜ੍ਹਾ ਤੂੰ ਕਿ ਕਾਫੀ ਹੋ ਜਿਹੜਾ ਗੰਦਮ ਪੱਕ ਚੁੱਕੀ ਹੈ ਹਾਂ ਸਕ ਪੱਕ ਚੁੱਕੀ ਹੈ ਤੇ ਬਾਰਿਸ਼ ਆ ਜਾਵੇ ਤਾਂ ਫਿਰ ਖਰਾਬ ਹੋ ਜਾਂਦੀ ਹੈ ਹਾਂਜੀ ਤੇ ਹੁਣ ਅਸੀਂ ਬੇੜੀ ਤੂੰ ਟੋਪ ਕੇ ਅੱਗਾ ਘਰ ਜਸਾਂ ਕਾਫੀ ਅਨੇਰ ਹੋ ਜਾਸੀ ਨਹੀਂ ਟਾਈਮ ਤਾਉਣ ਲੱਗਣਾ ਜਿਹੜੀਆਂ ਉਹ ਸਵਾਰੀਆਂ ਲਾਂਧੀਆਂ ਪਈਆਂ ਉਹ ਲਾਏ ਕੇ ਜਿਹੜੀਆਂ ਆਂਗੂ ਖਲੀਆਂ ਉਹ ਚਾੜ ਕੇ ਤੇ ਫੇਰ ਅਮ ਸਿੱਤੇ ਇੱਥੇ ਉਹ ਲਾਸਣ ਟੱਗੂ ਆਪਾਂ ਬੇੜੀ ਤੇ ਚਾੜ ਜਸਾਂ ਹਾਂਜੀ ਤੇ ਉਹ ਬੇੜੀ ਇਤਨੇ ਤਿਆਰ ਜਾਂਦੀ ਆਪਾਂ ਚਲਦੇ ਜਿੱਥੇ ਉਹ ਹਣੇ ਸਵਾਰੀਆਂ ਖਲੀਆਂ ਉੱਥੇ ਚਲਦੇ ਉਹ ਵੀ ਖਲੀਆਂ ਬੇੜੀ ਦੇ ਇੰਤਜ਼ਾਰ ਵਿੱਚ ਤੇ ਅਸੀਂ ਆ ਗਏ ਤੁਹਾਡੇ ਥੱਕ ਕੇ ਗਏ ਆਂ ਅਮੀ ਥੱਕ ਗਏ ਸੁਣਾ ਕਾਫੀ ਸਫ਼ਰ ਆਇਨਾ ਤਾਂ ਬੜੇ ਸਫ਼ਰ ਕਾਫੀ ਬੰਡਾ ਹੈ ਨਾ ਤੇ ਦੋ ਜਣਾਂ ਜਿਹੜੇ ਜਾ ਰਹਿਣ ਫਿਰੰਦੇ ਵਗੈਰਾ ਆਪਣੇ ਘਰੋ ਘਰੀ ਤੇ ਬਾਕੀ ਅਸੀਂ ਚੱਪੇ ਹੈ ਘਰ ਜਾਂ ਘਰ ਉਤਲੀ ਸਾੜਲੇ ਖਲੀ ਗੰਦਾਮ ਤੇ ਨਾਲ ਵੀ ਹੈ ਦਰਿਆ ਦੀ ਮਾਨ ਕਾਫੀ ਜੜਨਾ ਸੋਹਣੀ ਖੂਬਸੂਰਤ ਜਗ੍ਹਾ ਲੱਗ ਰਹੀ ਹੈ ਅੱਛੀ ਅੱਛੀ ਹਵਾ ਗੋਲ ਰਹੀ ਹੈ ਨਾਲ ਵੀ ਇੱਦੂ ਸ਼ੋਅ ਆਮਦੀ ਪਈ ਕਿਉਂਕਿ ਇਹ ਨਾਲ ਨਾਲ ਹੀ ਦਰਿਆ ਦੇ ਛੜਾ ਕੇ ਤੇ ਬੱਗੀ ਜੜਨਾ ਉਹ ਘੁੰਮ ਰਿਹਾ ਵਾਟਸਾਈਕਲ ਆ ਤ ਜਾ ਰਹਿਣ ਕਿਉਂਕਿ ਜਿਹੜੇ ਨਾ ਕਾਫੀ ਸਵਾਰੀਆਂ ਵਗੈਰਾ ਬੇੜੀ ਤੋਂ ਠਾਪਰੀਆਂ ਤੇ ਮੈਂ ਤੁਹਾਨੂੰ ਗੋਮ ਫਿਰ ਰਹਾ ਮੈਂ ਕਿ ਟੋਰ ਸੇਰ ਲਵਾ ਮੋਟਰਸਾਈਕਲ ਜਿਹੜਾ ਬੰਦਾ ਚਲਾਇੰਦਾ ਨਾ ਉਹ ਬੰਦ ਜ਼ਿਆਦਾ ਥਕਾਵਟ ਚੋ ਜਾਂਦਾ ਪਾਣੀ ਮਾਸ਼ੱਲਾ ਕਾਫੀ ਪਿਆਰਾ ਪਿਆਰਾ ਖੂਬਸੂਰਤ ਹਵਾ ਕਾਫੀ ਗੁੱਲੀ ਹੋਈ ਏ ਤੇ ਅਸੀਂ ਆਖਿਆ ਆਪਣੇ ਵੀਵਰਨ ਸ਼ੇਅਰ ਕਰ ਲਈਏ ਹਜੇ ਤਾਂ ਬੇੜੀ ਚੱਲੀ ਵੀ ਨਹੀਂ ਬੇੜੀ ਤੇ ਹਜੇ ਮੋਟਰਸਾਈਕਲ ਲਦੀ ਰਹਿਣ ਐਡੀ ਤਾਂ ਤੁਹਾਨੂੰ ਕੋਈ ਨਾ ਦੇ ਸਰੀ ਹੋ ਸੀ ਬੇੜੀ ਜਿਹੜੀ ਨਾ ਥੋੜੀ ਜੀ ਹਨੇਰਾ ਹੋ ਰਿਹਾ ਨੇ ਇਸ ਵੀਡੀਓ ਦਾ ਤੂੰ ਬੇੜੀ ਖਲੇ ਥੜ ਜੀ ਤਾਂ ਨਹੀਂ ਦੇਖ ਰਿਹਾ ਸੀ ਤੇ ਮੇਰੇ ਵੱਲ ਇਸ ਵੀਡੀਓ ਕਰਨੇ ਨਹੀਂ ਥਾਈ ਐਂਡ ਮੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ ਕਰੋ ਸ਼ੇਅਰ ਕੀਤਾ ਕਰੋ ਸਬਸਕ੍ਰਾਈਬ ਨੈਕਸਟ ਵੀਡੀਓ ਮਿਲਸਾਂ ਅੱਲਾਹ ਹਾਫਿਜ਼